ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਤੁਹਾਡਾ ਮੇਰਾ ਸਾਥ ਹੁੰਦਾ ਜੀ ਮੰਡੇ ਟੂ ਫਰਾਈਡੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਉਂਦੇ ਹਾਂ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਐਜੂਕੇਟ ਕਰਨ ਦੀ, ਇਨਫੋਰਮ ਕਰਨ ਦੀ, ਤਾਂ ਕਿ ਤੁਸੀਂ ਇੰਪਾਵਰ ਹੋ ਸਕੋ, ਅਤੇ ਉਸੇ ਦੇ ਤਹਿਤ ਵੱਖਰੇ ਵੱਖਰੇ ਬੁਲਾਰੇ ਸਾਡੇ ਕੋਲ ਆ ਕੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ। ਅੱਜ ਦੇ ਇਸ ਹੈਲਥ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਡਾਕਟਰ ਹਰਪ੍ਰੀਤ ਸਿੰਘ ਢਿੱਲੋਂ, ਜਿਹੜੇ ਕਿ ਇੱਕ ਡੈਂਟਿਸਟ ਹਨ। ਅੱਜ ਅਸੀਂ ਜਨਰਲ ਗੱਲਬਾਤ ਕਰਾਂਗੇ ਇਹਨਾਂ ਤੋਂ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਸਿਹਤ ਦੀ ਤਾਂ ਸੰਭਾਲ ਕਰ ਲੈਂਦੇ ਹਾਂ, ਪਰ ਕਈ ਵਾਰੀ ਅਸੀਂ ਆਪਣੇ ਦੰਦਾਂ ਦੀ ਸਹੀ ਸੰਭਾਲ ਨਹੀਂ ਕਰ ਸਕਦੇ। ਕੀ ਕਾਰਨ ਹੈ ਕਿ ਮੂੰਹ 'ਚੋਂ ਬੋ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕੈਵਿਟੀਜ਼ ਲੱਗ ਜਾਂਦੀਆਂ ਨੇ, ਜਾਂ ਛੋਟੇ ਬੱਚੇ ਜਿਹੜੇ ਨੇ ਖਾਸ ਤੌਰ 'ਤੇ ਭਾਵੇਂ ਜਿੰਨਾ ਮਰਜ਼ੀ ਧਿਆਨ ਰੱਖੋ ਤੁਸੀਂ, ਉਹਨਾਂ ਦੇ ਦੰਦ ਜਿਹੜੇ ਨੇ ਖਰਾਬ ਹੋਣੇ ਚਾਹੁੰਦੇ ਨੇ? ਇਸ ਸੰਬੰਧ ਵਿੱਚ ਕਿਹੜੀ ਇਨਫੋਰਮੇਸ਼ਨ ਸਾਨੂੰ ਜਾਣਨੀ ਚਾਹੀਦੀ ਹੈ? ਆਓ ਜਾਣਕਾਰੀ ਲੈਂਦੇ ਹਾਂ ਡਾਕਟਰ ਹਰਪ੍ਰੀਤ ਸਿੰਘ ਢਿੱਲੋਂ ਤੋਂ। ਜੈ ਹਿੰਦ ਡਾਕਟਰ ਸਾਹਿਬ, ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਕਰੀਏ ਜੀ ਕਿ ਬੇਸਿਕ ਟੀਥ ਜਿਹੜੇ ਨੇ ਸਾਡੇ, ਦੇ ਪਲੇ ਵੈਰੀ ਇੰਪੋਰਟੈਂਟ ਰੋਲ। ਸਾਨੂੰ ਸਭ ਨੂੰ ਪਤਾ ਹੈ, ਅਸੀਂ ਬ੍ਰਸ਼ ਕਰਦੇ ਹਾਂ, ਸਮਝਦੇ ਹਾਂ ਅਸੀਂ ਆਪਣਾ ਕੰਮ ਜਿਹੜਾ ਕਰ ਲਿਆ, ਦੈਟਸ ਇਨਫ। ਓਵਰਆਲ ਵਿਦ ਯੋਰ ਐਕਸਪੀਰੀਅੰਸ, ਤੁਹਾਡੇ ਕੋਲ 10 ਸਾਲ ਦਾ ਐਕਸਪੀਰੀਅੰਸ ਹੈਗਾ ਇਸ ਫੀਲਡ ਦੇ ਵਿੱਚ, ਤੁਸੀਂ ਕੀ ਦੇਖ ਰਹੇ ਹੋ? ਪਹਿਲਾਂ ਕਦੀ ਅਸੀਂ ਸੁਣਦੇ ਨਹੀਂ ਸੀ, ਛੋਟੇ ਛੋਟੇ ਬੱਚਿਆਂ ਦੇ ਵੀ ਕੈਵਿਟੀਜ਼ ਹੋ ਜਾਂਦੀਆਂ ਸੀ, ਪਰ ਹੁਣ ਤਾਂ ਇਹ ਨੋਰਮਲ ਰੂਟੀਨ ਹੋ ਗਿਆ। ਕੀ ਸਾਡੇ ਖਾਣ ਪੀਣ ਦੇ ਵਿੱਚ ਚੇਂਜ ਆ ਗਿਆ, ਸਾਡੇ ਲਾਈਫ ਸਟਾਈਲ ਚੇਂਜ ਆ ਗਿਆ? ਕੀ ਹੋਇਆ ਕੀ ਹੈ? ਭਾਵੇਂ ਤੁਸੀਂ ਬੱਚੇ ਨੂੰ ਬ੍ਰਸ਼ ਵੀ ਕਰਾ ਰਹੇ ਹੋ, ਪਰ ਕੈਵਿਟੀਜ਼ ਬੜੀ ਛੇਤੀ ਲੱਗ ਜਾਂਦੀ ਹੈ, ਇਹਦਾ ਕੀ ਕਾਰਨ ਹੈਗਾ? ਸੋ ਇਹਦਾ ਕਾਰਨ ਜੀ ਇੱਦਾਂ ਮਲਟੀ ਫੈਕਟਰ ਕਾਰਨ ਹੈ। ਆਪਾਂ ਜਦ ਆਪਾਂ ਬ੍ਰਸ਼ ਵੀ ਕਰਦੇ ਹਾਂ, ਕਈ ਵਾਰੀ ਆਪਾਂ ਜਲਦੀ ਕਰ ਦਿੰਦੇ ਹਾਂ ਜੀ, ਘੱਟ ਤੋਂ ਘੱਟ ਜਦ ਬ੍ਰਸ਼ ਕਰਦੇ ਹਾਂ 2 ਵਾਰੀ ਬ੍ਰਸ਼, 2 ਮਿੰਟ ਲਈ ਬ੍ਰਸ਼ ਕਰਨਾ ਚਾਹੀਦਾ ਹੈ, ਤਾਂ 2 ਵਾਰੀ ਰੋਜ਼, 1 ਵਾਰ ਸਵੇਰ ਨੂੰ ਤਾਂ 1 ਸੌਣ ਤੋਂ ਬਾਅਦ ਜੀ, ਸੌਣ ਵੇਲੇ। ਤਾਂ ਦੂਸਰੀ ਗੱਲ ਆ ਫਲੋਸਿੰਗ, ਫਲੋਸਿੰਗ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਆਪਾਂ ਬ੍ਰਸ਼ ਕਰਦੇ ਹਾਂ ਕਈ ਹਿੱਸੇ ਹੁੰਦੇ ਨੇ ਦੰਦ ਦੇ ਜਿਹੜੇ ਉਹ ਸਾਫ਼ ਨਹੀਂ ਹੁੰਦੇ, ਸੋ ਫਲੋਸਿੰਗ ਜ਼ਰੂਰੀ ਕਰਨੀ ਆ, ਬਿਕੋਜ਼ ਜਿਹੜੇ ਉਹ ਹਿੱਸੇ ਆ ਫਿਰ ਉਹ ਸਾਫ਼ ਹੋ ਸਕਦੇ ਆ। ਜਦ ਤੁਸੀਂ ਗੱਲ ਕੀਤੀ ਬੱਚਿਆਂ ਦੀ, ਬੱਚੇ ਦੇ ਦੰਦ ਜਿਹੜੇ ਹੁੰਦੇ ਨੇ ਇਹਨਾਂ ਦਾ ਸਟਰਕਚਰ ਐਡਲਟ ਦੰਦਾਂ ਤੋਂ ਵੱਖਰਾ ਜਿਹਾ ਹੁੰਦਾ ਆ। ਜਿਹੜੀ ਆਪਣੀ ਇਨੈਮਲ ਆ ਦੰਦਾਂ ਦਾ ਉੱਪਰਲਾ ਹਿੱਸਾ, ਇਹ ਸਭ ਤੋਂ ਹਾਰਡ ਜਾਂ ਸਖਤ ਹਿੱਸਾ ਆ ਦੰਦ ਦਾ। ਨਿਆਣੇ ਦੇ ਜਿਹੜੇ ਦੰਦ ਨੇ, ਬੱਚਿਆਂ ਦੇ ਦੰਦ ਹੁੰਦੇ ਨੇ, ਇਹ ਇਨੈਮਲ ਬਿਲਕੁਲ ਪਤਲੀ ਹੁੰਦੀ ਆ, ਥਿਨ ਹੁੰਦੀ ਆ। ਸੋ ਜਦ ਕੈਵਿਟੀ ਸ਼ੁਰੂ ਹੁੰਦੀ ਆ, ਕੈਵਿਟੀ ਬਹੁਤ ਛੇਤੀ ਵੱਧ ਸਕਦੀ ਆ, ਜਿਹੜਾ ਉੱਦਾਂ ਮੇ ਬੀ ਐਡਲਟ ਦੰਦ ਨੂੰ 2 ਸਾਲ ਲੱਗ ਸਕਦੇ ਨੇ ਕੈਵਿਟੀ ਹੋਣ ਨੂੰ, ਬੱਚੇ ਦੇ ਦੰਦ 2-3 ਮਹੀਨਿਆਂ 'ਚ ਵੀ ਲੱਗ ਸਕਦੇ ਨੇ। ਦੂਸਰੀ ਗੱਲ ਆ ਜਿਹੜਾ ਆਪਣੀ ਖੁਰਾਕ ਆ, ਸਾਡੀ ਖੁਰਾਕ ਵੀ ਹੁਣ ਜਿੱਦਾਂ ਇੰਡੀਆ ਦੀ ਖੁਰਾਕ ਵੱਖਰੀ ਸੀਗੀ, ਹੁਣ ਇੱਥੇ ਦੀ ਵੀ ਖੁਰਾਕ ਵੱਖਰੀ ਆ। ਕਾਰਬੋਹਾਈਡਰੇਟਸ ਬਹੁਤ ਆਪਾਂ ਕੰਜ਼ੂਮ ਕਰਦੇ ਹਾਂ, ਸੋ ਜਿਹੜੇ ਕਾਰਬੋਹਾਈਡਰੇਟਸ ਨੇ ਇਹਦੇ ਨਾਲ ਸ਼ੂਗਰੀ ਡਰਿੰਕਸ, ਕੈਂਡੀਜ਼, ਇਹ ਵੀ ਸਾਰਾ ਕੁਛ ਅਫੈਕਟ ਕਰਦਾ ਆ। ਜਦ ਆਪਾਂ ਖਾਂਦੇ ਹਾਂ ਉਹ ਦੰਦ ਦੇ ਉੱਪਰ ਜਮ੍ਹਾਂ ਹੋ ਜਾਂਦਾ ਆ, ਤਾਂ ਜਿਹੜੇ ਬੈਕਟੀਰੀਆ ਨੇ ਆਪਣੇ ਮੂੰਹ ਦੇ ਵਿੱਚ ਉਹ ਕਾਰਬੋਹਾਈਡਰੇਟਸ ਡਾਈਜੈਸਟ ਕਰਦੇ ਨੇ, ਤਾਂ ਐਸਿਡ ਪ੍ਰੋਡਿਊਸ ਹੁੰਦੀ ਆ। ਸੋ ਜਿਹੜੀ ਐਸਿਡ ਆ ਉਹ ਇਨੈਮਲ ਨੂੰ ਅਫੈਕਟ ਕਰਦੀ ਆ, ਉਹਦਾ ਨੁਕਸਾਨ ਪਹੁੰਚਾਉਂਦੀ ਆ, ਤਾਂ ਜਦੋਂ ਇਨੈਮਲ ਵੀਕ ਹੋ ਜਾਂਦੀ ਹੈ ਤਾਂ ਕੈਵਿਟੀਜ਼ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਸੋ ਇਹ ਮਲਟੀ ਫੈਕਟਰ ਆ, ਇੱਕ ਤਾਂ ਆਪਣਾ ਖਿਆਲ ਰੱਖਣਾ, ਤਾਂ ਇੱਕ ਆਪਣਾ ਖੁਰਾਕ ਦਾ। ਰਾਈਟ। ਸੋ ਮੋਸਟਲੀ ਐਸਿਡਿਕ ਡਾਈਟ ਕਾਰਨ ਤੁਸੀਂ ਸਮਝਦੇ ਹੋ ਕਿ ਜ਼ਿਆਦਾ, ਜਿਸ ਤਰ੍ਹਾਂ ਕੋਲਾਜ਼ ਵਗੈਰਾ ਜਾਂ ਹੋਰ ਜਿਹੜੀਆਂ ਚੀਜ਼ਾਂ ਅਸੀਂ ਲੈਂਦੇ ਹਾਂ ਉਹਦਾ ਜ਼ਿਆਦਾ ਇੰਪੈਕਟ ਪੈਂਦਾ? ਹਾਂਜੀ, ਡਾਇਟ ਦਾ ਬਹੁਤ ਇੰਪੈਕਟ ਆ। ਓਕੇ। ਜੇ ਆਪਾਂ ਖਾਂਦੇ ਵੀ ਆ ਕਾਰਬੋਹਾਈਡਰੇਟਸ, the reason is that oh contact time hai je apa khanne ha saaf zarur karn di lod hai for Thik. example je lunch kita ya brush karo je kar sakde ha je brush nahi kar sakde ghat to ghat pani de naal rinse karo so jehra apna acid level hai muh da oh basic nu chal jave so in acidic na sada muh bane ta je apa regularly snacks vi karde ha farz karo adde ghante baad ya ghante baad kuch khanne ha ਤਾਂ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਰਿੰਸ ਕਰੀਏ ਜਾਂ ਬ੍ਰਸ਼ ਕਰੀਏ, ਕਿਉਂਕਿ ਇਹ ਕੰਟੈਕਟ ਟਾਈਮ ਦਾ ਬਹੁਤ ਫਰਕ ਪੈਂਦਾ ਆ। ਤੁਸੀਂ ਜਿਹੜੀ ਫਲੋਸਿੰਗ ਦੀ ਗੱਲ ਕੀਤੀ, ਛੋਟੇ ਬੱਚਿਆਂ ਨੂੰ ਵੀ ਫਲੋਸਿੰਗ ਕਰਾਉਣੀ ਚਾਹੀਦੀ ਹੈ? ਛੋਟੇ ਬੱਚੇ ਨੂੰ ਉਦ ਫਲੋਸਿੰਗ ਕਰਨੀ ਚਾਹੀਦੀ ਹੈ ਕਿ ਜਦ ਉਹਨਾਂ ਦੇ ਦੰਦ ਕੰਟੈਕਟ ਕਰਨ ਲੱਗ ਜਾਣ। ਕਈ ਆਪਾਂ ਦੇਖਿਆ ਨਿਆਣੇ ਦੇ ਦੰਦ ਜਾਂ ਬੱਚੇ ਦੇ ਦੰਦ ਵਿਚਾਲੇ ਜਗ੍ਹਾ ਵੀ ਹੁੰਦੀ ਹੈ, ਜਦ ਜਗ੍ਹਾ ਹੋਵੇ ਸਾਫ਼ ਕਰਨਾ ਬਹੁਤ ਸੌਖਾ ਹੈ, ਬ੍ਰਸ਼ ਦੇ ਨਾਲ ਸਾਫ਼ ਹੋ ਜਾਂਦੇ ਨੇ, ਪਰ ਜਦ ਦੰਦ ਨਾਲ ਲੱਗਣ ਲੱਗ ਜਾਣ ਉਹਦ ਫਲੋਸਿੰਗ ਦੀ ਬਹੁਤ ਜ਼ਰੂਰੀ ਹੈ। ਹੁਣ ਬੱਚੇ ਲਈ ਫਲੋਸ ਵੀ ਵੱਖਰੀ ਹੁੰਦੀ ਆ, ਉਹ ਫਲੋਸ ਹੈਂਡਲ ਹੁੰਦੇ ਨੇ ਕਿ ਬੱਚਾ ਵੀ ਫਲੋਸ ਕਰ ਸਕਦਾ ਹੈ ਤਾਂ ਮਾਂ ਪਿਓ ਵੀ ਸੌਖੇ ਫਲੋਸ ਕਰ ਸਕਦੇ ਨੇ। ਦੂਸਰੀ ਗੱਲ ਆਉਂਦੀ ਹੈ ਕਿ ਬੱਚੇ ਨੂੰ ਕਦ ਤੱਕ ਮਾਂ ਪਿਓ ਬ੍ਰਸ਼ ਕਰਨ, ਅਸੀਂ ਕਹਿੰਦੇ ਹਾਂ ਕਿ ਬੱਚੇ ਨੂੰ
ਇਨੀਸ਼ਲੀ ਤਾਂ ਮਾਂ ਪੇ ਆਪ ਬਰਸ਼ ਕਰਨ, ਜਦ ਬੱਚਾ ਆਪ ਇੰਟਰਸਟ ਲੈਣ ਲੱਗ ਜਾਵੇ ਮਾਂ ਪੇ ਬਰਸ਼ ਕਰਨ, ਤਾਂ ਨਿਆਣੇ ਨੂੰ ਬਾਅਦ 'ਚ ਬਰਸ਼ ਕਰਨ ਦੇ ਮੌਕਾ ਦੇਣ ਕਿ ਨਿਆਣੇ ਨੂੰ ਵੀ ਥੋੜ੍ਹਾ ਜਿਹਾ ਇੰਟਰਸਟ ਬਣੇ। ਉਸ ਤੋਂ ਬਾਅਦ ਜਦ ਬੱਚਾ ਆਪ ਬਰਸ਼ ਕਰ ਸਕਦਾ ਆ, ਪਹਿਲਾਂ ਤੁਸੀਂ ਬੱਚੇ ਨੂੰ ਬਰਸ਼ ਕਰਨ ਦਿਓ, ਫਿਰ ਮਾਂ ਪੇ ਆਪ ਪਿੱਛੇ ਜਾ ਕੇ ਦੇਖ ਲੈਣ ਕਿ ਕੁਛ ਬਚ ਤਾਂ ਨਹੀਂ ਗਿਆ, ਕੁਛ ਰਹਿ ਤਾਂ ਨਹੀਂ ਗਿਆ, ਤਾਂ ਫਿਰ ਮਾਂ ਪੇ ਆਪ ਜਾ ਕੇ ਮੁੜ ਕੇ ਬਰਸ਼ ਕਰਨ। ਦੂਸਰੀ ਗੱਲ ਆਪਾਂ ਯੂਜ਼ ਕਰਦੇ ਹਾਂ ਟੂਥਪੇਸਟ। ਆਮ ਟੂਥਪੇਸਟ ਬੱਚੇ ਲਈ ਯੂਜ਼ ਨਹੀਂ ਕਰਨੀ ਚਾਹੀਦੀ, ਜਦ ਤੱਕ ਉਹ ਥੁੱਕ ਨਹੀਂ ਸਕਦੇ ਜਾਂ ਸਪਿਟ ਨਹੀਂ ਕਰ ਸਕਦੇ। ਬੇਬੀ ਟੂਥਪੇਸਟ ਹੁੰਦੀ ਆ, ਉਹਦੇ ਵਿੱਚ ਫਲੋਰਾਈਡ ਥੋੜ੍ਹੀ ਜਿਹੀ ਘੱਟ ਹੁੰਦੀ ਆ, ਤਾਂ ਇਹਦਾ ਕਾਰਨ ਇਸ ਕਰਕੇ ਕਿ ਇੰਜੈਸਟ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਫਲੋਰਾਈਡ। ਠੀਕ ਹੈ, ਟੋਪਿਕਲੀ ਫਲੋਰਾਈਡ ਸੇਫ ਆ, ਇਹਦੇ ਕੋਈ ਹਾਰਮਫੁਲ ਇਫੈਕਟਸ ਨਹੀਂ ਹੁੰਦੇ, ਪਰ ਇੰਜੈਸਟਨ ਕਰਨ ਜੇ ਆਪਾਂ ਜ਼ਿਆਦਾ ਇੰਜੈਸਟ ਕਰੀਏ ਤਾਂ ਉਹ ਵਧੀਆ ਗੱਲ ਨਹੀਂ ਹੈਗੀ ਆਪਣੇ ਸਰੀਰ ਲਈ। ਰਾਈਟ। ਅੱਛਾ, ਇੱਕ ਕਿਹੜੀ ਉਮਰ ਆਨਵਰਡਸ ਬੱਚੇ ਨੂੰ ਇੱਕ ਡੈਂਟਿਸਟ ਕੋਲ ਜਾਣ ਦੀ ਲੋੜ ਹੁੰਦੀ ਹੈ? ਆਮ ਤਾਂ ਆਪਾਂ ਕਹਿੰਦੇ ਹਾਂ ਕਿ ਜਦ ਪਹਿਲਾ ਦੰਦ ਆਵੇ ਮਾਪੇ ਆਪਣੇ ਬੱਚੇ ਨੂੰ ਲਿਆਉਣ, ਸੋ ਸਾਲ ਤੋਂ ਪਹਿਲਾਂ ਦੇ ਆਸੇ ਪਾਸੇ ਬੱਚੇ ਨੂੰ ਲਿਆਉਣਾ ਚਾਹੀਦਾ ਹੈ। ਓਕੇ। ਇਹਦਾ ਮੇਨ ਕਾਰਨ ਇਸ ਕਰਕੇ ਆ, ਨਾ ਕਿ ਆਪਾਂ ਨੇ ਬੱਚੇ ਨੂੰ ਯੂ ਨੋ ਕੁਛ ਸਾਫ਼ ਕਰਨਾ ਆ, ਬੱਚੇ ਨੂੰ ਕੁਛ ਸਮਝਾਉਣਾ ਆ, ਮੋਸਟਲੀ ਇਹ ਪੇਰੈਂਟਸ ਲਈ ਆ। ਪੇਰੈਂਟਸ ਦੀ ਐਜੂਕੇਸ਼ਨ ਆਪਾਂ ਕਰਾਂਗੇ, ਤਾਂ ਉਹਨਾਂ ਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਕੀ ਐਕਸਪੈਕਟ ਕਰ ਸਕਦੇ ਆ, ਬੱਚੇ ਦੇ ਦੰਦਾਂ ਦਾ ਤੁਸੀਂ ਕੀ ਐਕਸਪੈਕਟ ਕਰ ਸਕਦੇ ਆ, ਉਹਨਾਂ ਦਾ ਦੇਖਭਾਲ ਕਿੱਦਾਂ ਕਰਨਾ ਚਾਹੀਦਾ ਹੈ। ਤਾਂ ਅਸੀਂ ਉੱਦਾਂ ਵੀ ਦੇਖ ਸਕਦੇ ਹਾਂ, ਕਈ ਵਾਰੀ ਆਪਾਂ ਟੰਗ ਟਾਈ ਵੀ ਸੁਣਿਆ ਹੋਵੇ ਜਿੱਥੇ ਜੀਭ ਦਾ ਮਾਸ ਸਾਡੇ ਬੁੱਲ ਦੇ ਨਾਲ ਲੱਗਿਆ ਹੋਵੇ, ਤਾਂ ਇਹਦੇ ਨਾਲ ਸਾਨੂੰ ਸਪੀਚ ਦੀ ਵੀ ਪ੍ਰੋਬਲਮ ਬਹੁਤ ਪੈ ਜਾਂਦੀ ਆ। ਸੋ ਇਨੀਸ਼ਲੀ ਆਪਾਂ ਜਨਰਲ ਚੈੱਕਅਪ ਕਰਦੇ ਹਾਂ ਕਿ ਕੁਛ ਡਿਫੋਰਮਿਟੀ ਤਾਂ ਨਹੀਂ ਹੈਗੀ, ਕੁਛ ਅਨਯੂਜੁਅਲ ਸਟਰਕਚਰ ਤਾਂ ਨਹੀਂ ਹੈਗਾ, ਬਟ ਮੋਸਟ ਇੰਪੋਰਟੈਂਟ ਮਾਂ ਪੇ ਨੂੰ ਐਜੂਕੇਟ ਕਰਨਾ, ਇਹਨੂੰ ਸਾਡੇ ਐਂਟੀਸਪੇਟੋਰੀ ਗਾਈਡੈਂਸ ਕਿ ਮਾਂ ਪੇ ਨੂੰ ਗਾਈਡ ਕਰਨਾ ਕਿ ਤੁਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਠੀਕ ਹੈ। ਅੱਛਾ, ਬੱਚਿਆਂ ਦੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਇਹਦਾ ਦੱਸੋ ਕਿ ਜਦੋਂ ਬਰਸ਼ ਕਰਨਾ ਹੈ, ਕੋਈ ਬਰਸ਼ਿੰਗ ਵੀ ਕੋਈ ਆਰਟ ਹੈਗਾ? ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਿੰਨਾ ਜ਼ੋਰ ਦੀ ਬਰਸ਼ ਕੀਤਾ ਜਾਏ ਉਨਾ ਹੀ ਸਾਫ਼ ਜ਼ਿਆਦਾ ਹੋਏਗਾ, ਇਹ ਸਾਡੀ ਸੋਚ ਹੈਗੀ ਹੈ। ਹਾਂਜੀ, ਇਹ ਬੱਚਿਆਂ ਦੇ ਵਿੱਚ ਵੀ ਉਹੀ ਚੀਜ਼ ਅਸੀਂ ਪਾ ਦਿੰਦੇ ਹੈਗੇ। ਹਾਂਜੀ, ਇਹਦੇ ਮੁਤਾਬਿਕ ਦੱਸੋ ਸਾਨੂੰ। ਹਾਂਜੀ, ਬਿਲਕੁਲ। ਜਦ ਹੁਣ ਆਪਾਂ ਬਰਸ਼ ਕਰਦੇ ਹਾਂ, ਬਰਸ਼ ਵੀ ਕਈ ਤਰ੍ਹਾਂ ਦੇ ਆਉਂਦੇ ਨੇ ਜੀ। ਇੱਕ ਤਾਂ ਹੁੰਦਾ ਹਾਰਡ ਬਰਸ਼, ਮੀਡੀਅਮ ਐਂਡ ਸੌਫਟ, ਐਕਸਟਰਾ ਸੌਫਟ ਵੀ ਹੈਗਾ। ਰਾਈਟ। ਅਸੀਂ ਆਮ ਰੈਕਮੈਂਡ ਕਰਦੇ ਹਾਂ ਸੌਫਟ ਬਰਸ਼। ਹੁਣ ਜਿਹੜਾ ਹਾਰਡ ਬਰਸ਼ ਯੂਜ਼ ਕਰਦਾ ਆ ਉਹਨੂੰ ਇੱਕਦਮ ਕਹੀਏ ਕਿ ਸੌਫਟ ਬਰਸ਼ ਯੂਜ਼ ਕਰੋ, ਉਹਨੇ ਕਹਿਣਾ ਕਿ ਇਹਦਾ ਤਾਂ ਇਫੈਕਟਿਵ ਨਹੀਂ ਹੈਗਾ, ਮੈਨੂੰ ਸਾਫ਼ ਨਹੀਂ ਫੀਲ ਹੋ ਰਿਹਾ। ਰਾਈਟ। ਪਰ ਸਕ੍ਰਬਿੰਗ ਟੈਕਨੀਕ ਜਿਹੜੀ ਆਪਾਂ ਆਮ ਪਹਿਲਾਂ ਸਿੱਖਦੇ ਹੁੰਦੇ ਸੀਗੇ, ਇਟਸ ਨੋਟ ਦ ਬੈਸਟ ਟੈਕਨੀਕ। ਸਕ੍ਰਬ ਕਰਨਾ ਸਾਡੇ ਮਸੂਰੇ ਜਿਹੜੇ ਗਮਸ ਨੇ ਉਹਨਾਂ ਨੂੰ ਬਹੁਤ ਨੈਗੇਟਿਵ ਇਫੈਕਟ ਪੈਂਦਾ ਆ। ਠੀਕ ਹੈ। ਰਿਸੈਸ਼ਨ ਹੁੰਦੀ ਆ, ਉਹਨਾਂ ਨੂੰ ਇਨਫੈਕਸ਼ਨ ਵੀ ਹੋ ਸਕਦੀ ਆ, ਅਤੇ ਸੈਂਸਿਟਿਵਿਟੀ ਜਾਂ ਹੋਰ ਕਈ ਪ੍ਰੋਬਲਮਸ ਆਉਂਦੇ ਨੇ। ਸੋ ਸੌਫਟ ਬ੍ਰਿਸਲ ਬਰੱਸ਼ ਆਪਾਂ ਕਹਿੰਦੇ ਹਾਂ ਯੂਜ਼ ਕਰੋ ਬੱਚਿਆਂ ਵਾਸਤੇ ਵੀ, ਤਾਂ ਬੱਚਿਆਂ ਦਾ ਬਰੱਸ਼ ਛੋਟਾ ਹੁੰਦਾ ਆ, ਐਡਲਟਸ ਦਾ ਬਰੱਸ਼ ਤੋਂ ਜਿਹਾ ਵੱਡਾ ਹੁੰਦਾ ਆ। ਜਦ ਆਪਾਂ ਬਰੱਸ਼ ਕਰਦੇ ਹਾਂ ਸਰਕੂਲਰ ਮੋਸ਼ਨਸ ਕਰਨੇ ਚਾਹੀਦੇ ਨੇ, ਜਿੱਦਾਂ ਕਿ ਆਪਾਂ ਜਿਹੜਾ ਖਾਣਾ ਫਸਿਆ ਉਹਨੂੰ ਉੱਪਰ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਗਮਸ ਦੇ ਆਲੇ ਦੁਆਲੇ ਜਿਹੜਾ ਦੰਦ ਦਾ ਉੱਪਰਲਾ ਹਿੱਸਾ ਹੈ ਉਹਨੂੰ ਤੁਸੀਂ ਸਕ੍ਰਬ ਕਰ ਸਕਦੇ ਹਾਂ, ਪਰ ਹਲਕਾ ਸਕ੍ਰਬ ਕਰਨਾ। ਰਾਈਟ। ਸੋ ਇਨਸਟੈਡ ਆਫ ਲੈਫਟ ਐਂਡ ਰਾਈਟ ਜਿਹੜਾ ਆਮ ਤੌਰ ਤੇ ਅਸੀਂ ਕਰਨੇ, ਇਟ ਸ਼ੁੱਡ ਬੀ ਅਪ ਐਂਡ ਡਾਊਨ, ਸਰਕੂਲਰ ਹੋਵੇ। ਬਿਲਕੁਲ, ਅਪ ਐਂਡ ਡਾਊਨ, ਸਰਕੂਲਰ ਮੋਸ਼ਨ। ਕਈ ਪੁੱਛਦੇ ਨੇ, ਸਵਾਲ ਕਰਦੇ ਨੇ ਕਿ ਮੈਨੂਅਲ ਟੂਥਬਰਸ਼ ਯੂਜ਼ ਕਰੀਏ ਕਿ ਆਪਾਂ ਇਲੈਕਟ੍ਰਿਕ ਟੂਥਬਰਸ਼ ਯੂਜ਼ ਕਰੀਏ। ਸਪੈਸ਼ਲੀ ਫਾਰ ਚਿਲਡਰਨ। ਸਪੈਸ਼ਲੀ ਫਾਰ ਚਿਲਡਰਨ। ਆਮ ਸੁਜੈਸ਼ਨ ਹੁੰਦੀ ਆ ਕਿ ਤੁਸੀਂ ਮੈਨੂਅਲ ਟੂਥਬਰਸ਼ ਯੂਜ਼ ਕਰੋ। ਠੀਕ ਹੈ। ਖਾਸ ਕਰਕੇ ਕਿ ਤੁਹਾਨੂੰ ਟੈਕਨੀਕ ਦਾ ਪਤਾ ਲੱਗੇ ਪਹਿਲਾਂ। ਸੋ ਟੈਕਨੀਕ ਦਾ ਜਦ ਤੁਹਾਨੂੰ ਪਤਾ ਲੱਗ ਜਾਵੇ ਤੁਸੀਂ ਫਿਰ ਇਲੈਕਟ੍ਰਿਕ ਟੂਥਬਰਸ਼ ਵੀ ਯੂਜ਼ ਕਰ ਸਕਦੇ ਹਾਂ। ਇਲੈਕਟ੍ਰਿਕ ਟੂਥਬਰਸ਼ ਜਦ ਤੁਸੀਂ ਯੂਜ਼ ਕਰਦੇ ਹਾਂ ਉਹਦਾ ਇੱਕ ਖਿਆਲ ਜ਼ਰੂਰ ਰੱਖਣਾ ਹੈ ਕਿ ਤੁਸੀਂ ਐਡਿਡ ਪ੍ਰੈਸ਼ਰ ਨਹੀਂ ਪਾਉਣਾ। ਰਾਈਟ। ਕਿਉਂਕਿ ਉਹ ਬਰੱਸ਼ ਆਪਣਾ ਕੰਮ ਕਰ ਰਿਹਾ ਆ, ਤੁਸੀਂ ਜ਼ੋਰ ਦੇ ਨਾਲ ਦੱਬਣਾ ਨਹੀਂ। ਕਈਆਂ ਨੂੰ ਆਰਥਰਾਈਟਿਸ ਜਾਂ ਗਠੀਆ ਵੀ ਹੋ ਜਾਂਦਾ ਆ, ਤਾਂ ਉਹਨਾਂ ਨੂੰ ਫੜਨ ਦੇ ਵਿੱਚ ਥੋੜ੍ਹੀ ਜਿਹੀ ਡਿਫਿਕਲਟੀ ਹੁੰਦੀ ਆ। ਸੋ ਉਹਨਾਂ ਲਈ ਖਾਸ ਕਰਕੇ ਆਪਾਂ ਕਹੀਦਾ ਕਿ ਤੁਸੀਂ ਇਲੈਕਟ੍ਰਿਕ ਟੂਥਬਰੱਸ਼ ਯੂਜ਼ ਕਰ ਸਕਦੇ ਹਾਂ, ਯੂਜ਼ ਕਰੋ। ਬਰੱਸ਼ਿੰਗ ਤੋਂ ਇਲਾਵਾ ਕਈ ਸਾਨੂੰ ਜੇ ਆਪਾਂ ਹੁਣ ਡਰੱਗ ਸਟੋਰ ਜਾਈਏ, ਪੂਰੀ ਆਇਲ ਓਰਲ ਹੈਲਥ ਪ੍ਰੋਡਕਟਸ ਨਾਲ ਭਰੀ ਹੋ ਪਈ ਹੁੰਦੀ ਹੈ। ਅਸੀਂ ਆਮ ਸੁਣਿਆ ਵਾਟਰ ਪਿਕ, ਉਹ ਇਰੀਗੇਸ਼ਨ ਸਿਸਟਮ ਆ, ਉਹਦਾ ਵੀ ਬਹੁਤ ਵਧੀਆ ਇਸਤੇਮਾਲ ਆਪਾਂ ਕਰ ਸਕਦੇ ਹਾਂ। ਵਾਟਰ ਪਿਕ ਦਾ ਇਹ ਹੁੰਦਾ ਹੈ ਕਿ ਜਿੱਥੇ ਗਮ ਦੰਦ ਜੁੜਦੇ ਨੇ ਜਾਂ ਜੁਆਇਨ ਕਰਦੇ ਨੇ ਉਹਦੇ ਵਿੱਚ ਤੁਸੀਂ ਉਹ ਯੂਜ਼ ਕਰਕੇ ਉਹਨੂੰ ਫਲੱਸ਼ ਕਰ ਸਕਦੇ ਹਾਂ। ਉਹਦੇ ਨਾਲ ਜਿਹੜਾ ਖਾਣਾ ਪੀਣਾ ਜੰਮਿਆ ਹੁੰਦਾ ਥੱਲੇ ਉਹ ਫਲੱਸ਼ ਵੀ ਬਾਹਰ ਨੂੰ ਹੋ ਸਕਦਾ ਹੈ। ਸੋ ਵਾਟਰ ਪਿਕ ਇਸਤੇਮਾਲ ਕਰਨਾ ਵੀ ਬਹੁਤ ਵਧੀਆ ਹੋ ਸਕਦਾ ਹੈ। ਤੁਹਾਡਾ ਧੰਨਵਾਦ ਜੀ ਸਾਰੀ ਇਨਫੋਰਮੇਸ਼ਨ ਦੇ ਲਈ, ਅਤੇ ਖਾਸ ਤੌਰ ਉੱਤੇ ਬੱਚਿਆਂ ਨੂੰ ਜਿਹੜਾ ਅਸੀਂ ਫੋਕਸ ਕਰਕੇ ਅੱਜ ਗੱਲਬਾਤ ਕੀਤੀ ਹੈ ਕਿ ਉਹਨਾਂ ਦੀ ਸੰਭਾਲ ਦੰਦਾਂ ਦੀ ਬਹੁਤ ਇੰਪੋਰਟੈਂਟ, ਅਤੇ ਪੇਰੈਂਟਸ ਨੂੰ ਜੇ ਨੌਲੇਜ ਹੋਏਗੀ ਤਦ ਹੀ ਉਹ ਬੈਟਰ ਤਰੀਕੇ ਨਾਲ ਬੱਚਿਆਂ ਨੂੰ ਸਹੀ ਸਿੱਖਿਆ ਦੇ ਸਕਦੇ ਨੇ। ਅਤੇ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ, ਫ੍ਰੀ ਕੰਸਲਟੇਸ਼ਨ ਲਈ ਤੁਹਾਡੇ ਨਾਲ ਕਿੱਥੇ ਸੰਪਰਕ ਕੀਤਾ ਜਾ ਸਕਦਾ? ਮੇਰਾ ਜੀ ਦਫ਼ਤਰ ਹੈਗਾ ਵੈਨਕੂਵਰ, ਇਹ ਹੈਗਾ ਜੀ ਡੈਂਟਿਸਟ ਔਨ ਕਿੰਗਜ਼ਵੇ, ਇਹ ਕਿੰਗਜ਼ਵੇ ਦੇ ਉੱਪਰ ਆ ਜੀ, ਬਿਟਵੀਨ ਨਨਾਇਮੋ ਸਟਰੀਟ ਐਂਡ ਵਿਕਟੋਰੀਆ ਡਰਾਈਵ। ਓਕੇ। ਤਾਂ ਸਾਡਾ ਫੋਨ ਨੰਬਰ ਹੈਗਾ ਜੀ 604-558-2442,
ਐਂਡ ਐਨੀ ਟਾਈਮ ਸਾਨੂੰ ਫੋਨ ਕਰਕੇ ਕੰਟੈਕਟ ਕਰ ਸਕਦੇ ਨੇ। ਸ਼ੁਕਰੀਆ, ਆਪਾਂ ਜ਼ਰੂਰ ਸੇਵਾ ਕਰਾਂਗੇ। ਥੈਂਕ ਯੂ।